ਕੁਐਸਚਨ ਆਨਸਰ ਜਿਹੜੇ ਮੈਂ ਕੱਲ ਗਿਆ ਸੀਗਾ ਉਹ ਮੈਨੂੰ ਬਹੁਤ ਸੱਜਣਾਂ ਨੇ ਭੇਜੇ ਆ ਮੈਂ ਕੋਸ਼ਿਸ਼ ਚੱਲ ਕਰਦਾ ਹੀ ਆ ਬੰਦਾ ਸਾਰੇ ਉੱਤਰ ਦੇਣ ਦੀ ਪਰ ਕਈ ਵਿੱਚੋਂ ਸਿਫਤਾਂ ਵੀ ਹੁੰਦੀਆਂ ਆ ਕਿ ਤੁਸੀਂ ਜੀ ਬਹੁਤ ਸੋਹਣਾ ਗਾਉਂਦੇ ਆ ਤੁਹਾਡੇ ਗੀਤ ਬਹੁਤ ਸੋਹਣੇ ਆ ਤੁਸੀਂ ਪੰਜਾਬੀ ਜ਼ੁਬਾਨ ਲਈ ਆਹ ਗੀਤ ਗਾਏ ਆ ਸੋ ਉਹ ਮੈਂ ਚੀਜ਼ਾਂ ਵਿੱਚੋਂ ਛੱਡ ਦੇਣੀਆਂ ਬੇਟਾ ਹੋਇਆ ਅਤੇ ਇਹਨਾਂ ਨੇ ਉਹਦਾ ਨਾਂ ਸੰਗਤਾਰ ਰੱਖਿਆ ਮੈਂ ਤੁਹਾਡੇ ਤਿੰਨਾਂ ਭਰਾਵਾਂ ਦਾ ਬਹੁਤ ਪ੍ਰਸ਼ੰਸਕ ਹਾਂ ਸੰਗਤਾਰ ਮੈਨੂੰ ਸੰਪੂਰਨ ਲੱਗਦੇ ਨੇ ਤੁਹਾਡੇ ਇੰਨੇ ਦਿਆਲਤਾ ਭਰੇ ਲਫ਼ਜ਼ ਸਾਡੇ ਲਈ ਬਹੁਤ ਜ਼ਿਆਦਾ ਮਾਇਨਾ ਰੱਖਦੇ ਆ ਜੀ ਮੈਨੂੰ ਆਪਣਾ ਡਰਾਈਵਰ ਰੱਖ ਲਓ ਤੁਸੀਂ ਮੇਰੇ ਮਾਰਗਦਰਸ਼ਕ ਆ ਜਿਹੜਾ ਤੁਹਾਡੀ ਕਾਰ ਚਲਾ ਰਿਹਾ ਉਹ ਤੁਹਾਨੂੰ ਦੂਜੇ ਮੰਜ਼ਿਲ 'ਤੇ ਲੈ ਕੇ ਜਾ ਰਿਹਾ ਤੁਸੀਂ ਤਾਂ ਮੈਨੂੰ ਲੈ ਕੇ ਜਾ ਰਹੇ ਹੋ ਹੋਰ ਮੈਨੂੰ ਕੌਣ ਲੈ ਕੇ ਜਾ ਰਿਹਾ ਤੁਸੀਂ ਤਾਂ ਮੇਰੇ ਚਾਨਣ ਹੋ ਤੁਸੀਂ ਮੇਰੇ ਚੰਨ ਹੋ ਤੁਸੀਂ ਮੇਰੇ ਸੂਰਜ ਆ ਤੁਹਾਡੀ ਰੋਸ਼ਨੀ ਨਾਲੇ ਤਾਂ ਮੈਂ ਸਾਰੀ ਦੁਨੀਆਂ ਦੇ ਵਿੱਚ ਜਾ ਰਿਹਾ ਜੇ ਤੁਹਾਡੀ ਰੋਸ਼ਨੀ ਨਾ ਹੋਵੇ ਤਾਂ ਮੇਰੀ ਸ਼ੋਹਰਤ ਦਾ ਵਜੂਦ ਜ਼ੀਰੋ ਆ ਅਤੇ ਜਿਹੜੀ ਮੇਰੀ ਸ਼ੋਹਰਤ ਆ ਮਸ਼ਹੂਰੀ ਆ ਉਹ ਤੁਹਾਡੇ ਕਰਕੇ ਆ ਤੁਹਾਡੀ ਰੋਸ਼ਨੀ ਕਰਕੇ ਆ ਤੁਹਾਡੇ ਪਿਆਰ ਦੀ ਰੋਸ਼ਨੀ ਕਰਕੇ ਅਤੇ ਤੁਸੀਂ ਮੇਰੇ ਮਾਰਗਦਰਸ਼ਕ ਤਾਂ ਹੋਈ ਕਿਵੇਂ ਰਿਹਾ ਸਰ ਜ਼ਿੰਦਗੀ ਦਾ ਸਫ਼ਰ ਕੀ ਨਿਚੋੜ ਆ ਤੁਹਾਡੇ ਹਿਸਾਬ ਨਾਲ ਨਿਚੋੜ ਮਤਲਬ ਕਿਸੇ ਚੀਜ਼ ਦਾ ਅਰਕ ਕੱਢਣਾ ਕਿਸੇ ਚੀਜ਼ ਨੂੰ ਸਕੂਈਜ਼ ਕਰਕੇ ਉਹਦਾ ਅਸਰ ਕੱਢ ਲੈਣਾ ਨਿਚੋੜ ਉਹਨੂੰ ਕਹਿੰਦੇ ਆ ਕਈਆਂ ਨੂੰ ਪਤਾ ਨਹੀਂ ਹੋਣਾ ਇਹ ਠੇਠ ਲੈਂਗੁਏਜ ਆ ਕਿਸੇ ਵੀ ਚੀਜ਼ ਦਾ ਤੁਸੀਂ ਅਰਕ ਕੱਢੋਗੇ ਉਹ ਚੀਜ਼ ਅਸਲੀ ਨਹੀਂ ਰਹਿੰਦੀ ਉਹ ਖਰਾਬ ਹੋ ਜਾਂਦੀ ਆ ਗੁਲਾਬ ਦੇ ਫੁੱਲ ਦਾ ਅਰਕ ਕੱਢੋਗੇ ਉਹਦੇ 'ਚ ਕੁਛ ਨਹੀਂ ਰਹਿਣਾ ਜ਼ਿੰਦਗੀ ਦਾ ਵੀ ਅਰਕ ਕੱਢੋਗੇ ਨਿਚੋੜ ਕੱਢੋਗੇ ਜ਼ਿੰਦਗੀ ਦਾ ਕੁਛ ਵੀ ਨਹੀਂ ਉਹਦੇ ਵਿੱਚ ਰਹਿਣਾ ਫੋਟਕ ਖਾਲੀ ਹੋ ਜਾਣੀ ਆ ਉਹ ਜ਼ਿੰਦਗੀ ਆਪਣੇ ਆਪ 'ਚ ਸੰਪੂਰਨ ਆ ਇਹਨੂੰ ਇੰਜੋਏ ਕਰੋ ਬਸ ਆਪਣੇ ਆਪ ਦੇ ਵਿੱਚ ਇੱਕ ਇਹਦਾ ਕੋਈ ਮਨੋਰਥ ਨਹੀਂ ਇਹਦਾ ਕੋਈ ਪਰਪਸ ਨਹੀਂ ਇਹਦੀ ਕੋਈ ਡੈਸਟੀਨੇਸ਼ਨ ਨਹੀਂ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਸੰਪੂਰਨ ਚੀਜ਼ ਆ ਇਹਦਾ ਨਿਚੋੜ ਨਹੀਂ ਕੱਢਣਾ ਜ਼ਿੰਦਗੀ ਦਾ ਕਦੇ ਵੀ ਬਸ ਇਹਨੂੰ ਜੀਓ ਇਹ ਵੱਡਾ ਕੁਐਸਚਨ ਆ ਮੈਂ ਕਿਤੇ ਫਿਰ ਬੋਲੂੰਗਾ ਇਹਦੇ 'ਤੇ ਅੱਜ ਮੈਂ ਬਸ ਇੰਨਾ ਹੀ ਬੋਲਣਾ ਕਮਲ ਭਾਅ ਜੀ ਇੱਕ ਗੀਤ ਜਿੰਦੇ ਨੇ ਜਿੰਦੇ ਵਰਗਾ ਹੋ ਜਾਵੇ ਰੂਹ ਨੂੰ ਸਕੂਨ ਮਿਲਦਾ ਸੁਣ ਕੇ ਬਿਲਕੁਲ ਤੁਸੀਂ ਇਹ ਬੜੀ ਅੱਛੀ ਗੱਲ ਕਹੀ ਆ ਹੁਣ ਨਵਾਂ ਗੀਤ ਆ ਰਿਹਾ 4 ਤਰੀਕ ਨੂੰ ਉਹਨੂੰ ਤੁਸੀਂ ਜ਼ਰੂਰ ਸੁਣਨਾ ਉਹਦੇ ਵਿੱਚ ਇਹੀ ਰੂਹ ਆ ਜਿੰਦੇ ਨਹੀਂ ਜਿੰਦੇ ਵਾਲੀ ਪੂਰੀ ਰੂਹ ਆ ਉਸ ਗਾਣੇ ਦੇ ਵਿੱਚ ਭਾਅ ਜੀ ਇਕੱਲੀ ਵੋਇਸ ਵਿੱਚ ਗਾ ਕੇ ਯੂਟਿਊਬ 'ਤੇ ਛੋਟੇ ਛੋਟੇ ਸਟੈਟਸ ਪਾਓ ਇਹ ਬਹੁਤ ਵਧੀਆ ਗੱਲ ਆ ਜਿਹੜੇ ਤੁਹਾਡੇ ਚਾਹੁਣ ਵਾਲੇ ਚਾਹੁੰਦੇ ਆ ਤੁਹਾਤੋਂ ਉਹਨਾਂ ਨੂੰ ਜੇ ਮਿਲੇ ਤਾਂ ਉਹ ਉਹਨਾਂ ਨੂੰ ਹੋਰ ਚੰਗਾ ਲੱਗਦਾ ਕਿਉਂਕਿ ਉਹ ਉਹਨਾਂ ਦੀ ਰੂਹ ਦੀ ਖੁਰਾਕ ਆ ਇੱਦਾਂ ਦਾ ਉਹ ਸੁਣਨਾ ਚਾਹੁੰਦੇ ਆ ਬਿਲਕੁਲ ਮੈਂ ਇਸ ਤਰ੍ਹਾਂ ਕਰੂੰਗਾ ਕੁਛ ਕਲਾਸੀਕਲ ਚੀਜ਼ਾਂ ਗਾ ਕੇ ਕੁਛ ਆਪਣੇ 2001 'ਤੇ ਮਹੀਨਾ ਭੈੜਾ ਮਈ ਦਾ ਇਕੱਲੀ ਬਹਿ ਕੇ ਸੋਚੀਆਂ ਐਸੀਆਂ ਚੀਜ਼ਾਂ ਇਕੱਲੀ ਆਵਾਜ਼ 'ਚ ਕਿਉਂਕਿ ਮੇਰੀ ਆਵਾਜ਼ ਮੇਰੀ ਪਛਾਣ ਆ ਅਤੇ ਮੈਂ ਸੰਗੀਤਕਾਰ ਆ ਅਸਲੀ ਤੋਂ ਮੈਨੂੰ ਸਾਜ਼ਾਂ ਦੀ ਇੰਨੀ ਲੋੜ ਨਹੀਂ ਹੈ ਭਾਅ ਜੀ ਵੇਅਰ ਡੂ ਯੂ ਬਾਏ ਯੋਰ ਸ਼ਰਟਸ ਫਰੋਮ ਲਵ ਆਲ ਦ ਡਿਜ਼ਾਈਨਸ ਇਹ ਵੱਖਰੇ ਵੱਖਰੇ ਹੁੰਦੇ ਆ ਕਿਉਂਕਿ ਮੈਂ ਟਰੈਵਲ ਵੀ ਕਰਦਾ ਕਈ ਵਾਰੀ ਕੁਛ ਘੁੰਮਦਿਆਂ ਫਿਰਦਿਆਂ ਹੁਣ ਮੈਂ ਮੈਕਸੀਕੋ ਸਿਟੀ ਜਾ ਕੇ ਆਇਆ ਜਪੈਨ ਜਾ ਕੇ ਆਏ ਹਾਂ ਹੁਣ ਅਸੀਂ ਯੂਰਪ ਦੇ ਵਿੱਚ ਜਾਣਾ ਕਿੱਥੇ ਕਿੱਥੇ ਘੁੰਮਣਾ ਕੋਈ ਚੀਜ਼ ਅੱਛੀ ਲੱਗਦੀ ਆ ਉਹ ਬੰਦਾ ਖਰੀਦ ਲੈਂਦਾ ਆ ਅਤੇ ਪੰਜਾਬ ਦੇ ਵਿੱਚ ਵੀ ਕੁਛ ਡਿਜ਼ਾਈਨਰਸ ਬਹੁਤ ਵਧੀਆ ਆ ਸਾਰੇ ਵਧੀਆ ਹੁੰਦੇ ਆ ਪਰ ਮੇਰੇ ਜਿਹੜੇ ਮਿੱਤਰ ਆ ਉਹ ਮੇਰੇ ਲਈ ਡਿਜ਼ਾਈਨ ਕਰਦੇ ਆ ਚੀਜ਼ਾਂ ਨਵੀਆਂ ਉਹ ਕੱਪੜਾ ਹੋਰ ਫਿਰ ਕਿਤੇ ਨਹੀਂ ਹੁੰਦਾ ਅਤੇ ਉਹ ਮੈਂ ਦੱਸ ਸਕਦਾ ਤੁਹਾਨੂੰ ਜੇ ਕਿਸੇ ਦਾ ਦਿਲ ਕਰੇ ਤਾਂ ਮੈਂ ਉਹ ਦੱਸ ਦਊਂਗਾ ਤੁਹਾਨੂੰ ਪੰਜਾਬ ਦੇ ਵਿੱਚ ਵੀ ਬਹੁਤ ਸੋਹਣੀਆਂ ਸ਼ਰਟਾਂ ਬਣਾਉਂਦੇ ਆ ਸੱਜਣ ਸਰ ਆਪਕਾ ਫੇਵਰੇਟ ਵਿਰਸਾ ਕੌਣ ਸਾ ਹੈ ਬਹੁਤੇ ਲੋਕਾਂ ਨੂੰ ਤਾਂ ਚੰਗਾ ਲੱਗਦਾ ਹੈ 2004 ਵਾਲਾ ਪਰ ਮੈਨੂੰ 2011 ਵਾਲਾ ਬਹੁਤ ਵਧੀਆ ਲੱਗਦਾ ਫਿਰ ਦਿਲ ਗੱਭਰੂ ਦਾ ਉੜਜੂੰ ਕਰਦਾ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਉਹਦੇ ਵਿੱਚ ਗੀਤ ਸੀਗੇ ਭਾਅ ਜੀ ਸਟੇਜ 'ਤੇ ਜਦੋਂ ਆਉਂਦੇ ਹੋ ਆਪਣੀ ਐਨਰਜੀ ਕਿੱਥੋਂ ਲੈ ਕੇ ਆਉਂਦੇ ਹੋ ਜੈਸਾ ਦਰਦ ਹੋ ਵੈਸਾ ਮੰਜ਼ਰ ਹੋਤਾ ਹੈ ਮੌਸਮ ਤੋਂ ਆਦਮੀ ਕੇ ਅੰਦਰ ਹੋਤਾ ਹੈ ਪੰਜਾਬ 'ਚ ਪੰਜਾਬੀ ਵਿਰਸਾ ਕਦੋਂ ਹੋਵੇਗਾ ਅਸੀਂ 5 ਮਹੀਨੇ ਪੰਜਾਬ ਦੇ ਵਿੱਚ ਰਹਿੰਦੇ ਹਾਂ ਅਤੇ ਬਾਕੀ ਮੁਲਕਾਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਸ਼ੋਅ ਕਰਦੇ ਹਾਂ ਮੇਲੇ ਵੀ ਉਹਨਾਂ ਦੇ ਵਿੱਚ ਸ਼ਾਮਿਲ ਹੁੰਦੇ ਆ ਫਿਰ ਕਈ ਹੋਰ ਤਰ੍ਹਾਂ ਦੇ ਇਵੈਂਟਸ ਵੀ ਸ਼ਾਮਿਲ ਹੁੰਦੇ ਉਹ 'ਚ ਪ੍ਰਾਈਵੇਟ ਫੰਕਸ਼ਨ ਵੀ ਸ਼ਾਮਿਲ ਹੋ ਜਾਂਦੇ ਆ ਹੁੰਦੇ ਆ ਪਰ ਜੋ ਵੀ ਅਸੀਂ ਗਾਉਂਦੇ ਹਾਂ ਉਹ ਸਾਰਾ ਪੰਜਾਬੀ ਵਿਰਸਾ ਹੀ ਆ ਭਾਅ ਜੀ ਡਬਈ ਵਾਲੇ ਵੀਰਾਂ ਲਈ ਕਦੋਂ ਸੌਂਗ ਲੈ ਕੇ ਆ ਰਹੇ ਹੋ ਯਾਰੇ ਮੈਨੂੰ ਹੋਰ ਵੀ ਬਹੁਤ ਸੱਜਣਾਂ ਨੇ ਕਿਹਾ ਕਿ ਸਾਡੇ 'ਤੇ ਇੱਕ ਗੀਤ ਗਾਓ
ਕਿ ਜਿੱਦਾਂ ਹੁਣ ਕਿਹਾ ਸੀ ਹੁਣ ਲੱਗਦਾ ਕੈਨੇਡਾ ਵੀ ਪੰਜਾਬ ਵਰਗਾ, ਜੇ ਉਹ 'ਚ ਕਿਹਾ ਹੁੰਦਾ ਹੁਣ ਲੱਗਦਾ ਦੁਬਈ ਵੀ ਪੰਜਾਬ ਵਰਗਾ ਤਾਂ ਆਪੇ ਹੀ ਬਣ ਗਈ ਸੀ ਗੱਲ। ਕੁਛ ਇੱਦਾਂ ਦਾ ਮੈਂ ਜ਼ਰੂਰ ਸੋਚੂੰਗਾ, ਜੇ ਪੱਕੇ ਤੌਰ 'ਤੇ ਨਾ ਹੋਇਆ ਤਾਂ ਕੁਛ ਮੈਂ ਗਾ ਕੇ ਯੂਟਿਊਬ 'ਤੇ ਇੱਦਾਂ ਦਾ ਕੁਛ ਜ਼ਰੂਰ ਪਾ ਦੂੰਗਾ। ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਹੋਰਾਂ ਨਾਲ ਤੁਹਾਡੀ ਸੰਗਤ ਦਾ ਜੋ ਵਾਕਿਆ ਉਹਦਾ ਜ਼ਿਕਰ ਕਰੋ ਜੀ। ਅਸੀਂ ਪੰਜਾਬ ਤੋਂ ਨਵੇਂ ਨਵੇਂ ਆਏ ਸੀਗੇ ਅਤੇ ਉਹਨਾਂ ਦਾ ਇੱਥੇ ਸ਼ੋਅ ਹੋਇਆ ਸੀ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ, ਅਤੇ ਉਹਨਾਂ ਦੇ ਜਿਹੜੇ ਮਿਊਜ਼ੀਸ਼ੀਅਨ ਸੀਗੇ ਨਾਲ ਦੇ ਵਜਾਉਣ ਵਾਲੇ ਉਹ ਜਾ ਚੁੱਕੇ ਸੀਗੇ, ਅਤੇ ਉਹਨਾਂ ਨੂੰ ਹਰਮੋਨੀਅਮ ਵਜਾਉਣ ਵਾਲਾ ਕੋਈ ਚਾਹੀਦਾ ਸੀ। ਮੈਂ ਤਾਂ ਬਹੁਤ ਉਦੋਂ ਯੰਗ ਸੀਗਾ ਅਤੇ ਮੈਂ ਉਹਨਾਂ ਦੇ ਨਾਲ ਹਰਮੋਨੀਅਮ ਵਜਾਇਆ ਸੀਗਾ। ਫਿਰ ਉਹਦੀਆਂ ਰਿਕਾਰਡਿੰਗਾਂ ਵੀ ਕੁਛ ਟੀ ਵੀ ਸਟੇਸ਼ਨ ਕਦੇ ਕਦੇ ਲਗਾਉਂਦੇ ਹੁੰਦੇ, ਪਰ ਮੇਰੇ ਕੋਲ ਕੁਛ ਨਹੀਂ ਹੈਗੀ ਰਿਕਾਰਡਿੰਗ, ਕਿਉਂਕਿ ਉਦੋਂ ਸਿਸਟਮ ਹੋਰ ਹੁੰਦੇ ਸੀ, ਹੁਣ ਤਾਂ ਡਿਜੀਟਲ ਸਿਸਟਮ ਆ, ਜਿੰਨੀਆਂ ਮਰਜ਼ੀ ਤੁਸੀਂ ਉਹਦੀਆਂ ਯਾਦਾਂ ਰੱਖ ਸਕਦੇ ਹਾਂ। ਪਰ ਫਿਰ ਅਸੀਂ ਫਿਰ ਉਹ ਇੱਥੇ ਬਹੁਤ ਚਿਰ ਰਹੇ ਸੀਗੇ ਅਤੇ ਫਿਰ ਅਸੀਂ ਉਹਨਾਂ ਦੇ ਨਾਲ ਹੀ ਰਹੇ ਅਤੇ ਉਹਨਾਂ ਨੇ ਜਿਸ ਹੋਟਲ ਦੇ ਵਿੱਚ ਠਹਿਰੇ ਹੋ ਸੀ ਉੱਥੇ ਅਸੀਂ ਸਵੇਰੇ ਚਲ ਜਾਣਾ ਅਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੀ ਜਾਣੀਆਂ, ਕੁਛ ਸਿੱਖੀ ਵੀ ਜਾਣਾ, ਅਤੇ ਸਾਰਾ ਦਿਨ ਜਿਹੜੇ ਰੈਸਟੋਰੈਂਟ 'ਚ ਉਹਨਾਂ ਨੇ ਖਾਣ ਜਾਣਾ ਅਸੀਂ ਨਾਲ ਚਲ ਜਾਣਾ, ਫਿਰ ਮੁੜ ਕੇ ਆ ਕੇ ਇਹਨੇ ਰਿਆਜ਼ ਕਰਨਾ, ਅਤੇ ਬਹੁਤ ਚਿਰ ਮੈਂ ਉਹਨਾਂ ਦੇ ਨਾਲ ਰਿਹਾ। ਫਿਰ ਸਵੇਰੇ ਚਲ ਜਾਣਾ, ਸ਼ਾਮ ਨੂੰ ਆ ਜਾਣਾ, ਅਤੇ ਉਹ ਸ਼ੋਅ ਕਰਨ ਲਈ ਆਏ ਸੀਗੇ ਇੱਥੇ। ਇਹ ਉਹਦਾ ਕਹਾਣੀ ਬਹੁਤ ਲੰਬੀ ਆ, ਫਿਰ ਆਪਾਂ ਕਿਤੇ ਇਹਦੇ ਬਾਰੇ ਗੱਲ ਕਰ ਲਵਾਂਗੇ। ਭਾਅ ਜੀ ਤੁਹਾਨੂੰ ਮਿਲਣਾ ਬਹੁਤ ਦਿਲ ਕਰਦਾ, ਦੱਸੋ ਕਿਵੇਂ ਮਿਲ ਸਕਦੇ ਹਾਂ? ਨਵੰਬਰ ਤੋਂ ਮਾਰਚ ਤੱਕ ਅਸੀਂ ਪੰਜਾਬ ਰਹਿੰਦੇ ਹਾਂ, ਜੇ ਤਾਂ ਤੁਸੀਂ ਪੰਜਾਬ ਰਹਿੰਦੇ ਹਾਂ ਤਾਂ ਜਦੋਂ ਵੀ ਮੈਂ ਕੋਈ ਨਵੀਂ ਪੋਸਟ ਪਾਉਣਾ ਇੰਸਟਾਗ੍ਰਾਮ 'ਤੇ, ਇੰਸਟਾਗ੍ਰਾਮ ਦੀ ਨਵੀਂ ਪੋਸਟ ਦੇ ਥੱਲੇ ਤੁਸੀਂ ਮੈਨੂੰ ਕਮੈਂਟ ਕਰਿਓ ਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ, ਕਿੱਥੇ ਰਹਿੰਦੇ ਹਾਂ, ਫਿਰ ਸਾਨੂੰ ਪਤਾ ਵੀ ਲੱਗ ਜਾਂਦਾ ਆ, ਅਤੇ ਤੁਸੀਂ ਦੋਨਾਂ ਹੀ ਵੀਰਾਂ ਨੂੰ ਮਿਲ ਸਕਦੇ ਹੋ, ਫਿਰ ਮੈਨੂੰ ਵੀ ਅਤੇ ਮਨਮੋਹਨ ਭਾਅ ਜੀ ਨੂੰ ਵੀ। ਜਦੋਂ ਵੀ ਸੰਗਤਾਰ ਭਾਅ ਜੀ ਪੰਜਾਬ ਹੋਣ ਫਿਰ ਤੁਸੀਂ ਇੱਕ ਵਾਰੀ ਮਿਲ ਲਾ, ਫਿਰ ਆਪਾਂ ਹੀ। ਮੈਂ ਤਕਰੀਬਨ ਇੱਕ ਹੀਰੋ ਨੂੰ ਜ਼ਰੂਰ ਰੋਜ਼ ਮਿਲਦਾ ਜਿੱਥੇ ਵੀ ਮੈਂ ਸ਼ੋਅ ਕਦੇ ਕਰਨ ਜਾਂਦਾ ਸੜਕ 'ਤੇ, ਫਿਰ ਮੈਂ ਉਸ ਹਿਸਾਬ ਦੇ ਨਾਲ ਲਾਈਨ ਅਪ ਕਰਦਾ ਰਹਿੰਦਾ, ਅਤੇ ਮਨਮੋਹਨ ਭਾਅ ਜੀ ਨੂੰ ਵੀ ਮੈਂ ਇਸੇ ਤਰ੍ਹਾਂ ਮਿਲਾ ਦਿੰਦਾ ਹੁੰਦਾ ਉਹਨਾਂ ਨੂੰ, ਅਤੇ ਤੁਸੀਂ ਮੈਨੂੰ ਜ਼ਰੂਰ ਦੱਸਣਾ ਮੈਂ ਮਿਲੂੰਗਾ ਤੁਹਾਨੂੰ। ਟੋਰਾਂਟੋ ਕਦੋਂ ਆ ਰਹੇ ਹੋ ਸ਼ੋਅ ਲੈ ਕੇ? ਅਗਲੇ ਸਾਲ ਟੋਰਾਂਟੋ ਦੀ ਵਾਰੀ ਆ, ਕਿਉਂਕਿ ਇਸ ਸਾਲ ਅਸੀਂ ਹੁਣ ਅਮੈਰੀਕਾ ਕੀਤਾ, ਆਸਟ੍ਰੇਲੀਆ ਕੀਤਾ ਸੀ, ਹੁਣ ਅਸੀਂ ਯੂਰਪ ਦੇ ਵਿੱਚ ਸ਼ੋਅ ਕਰਨੇ ਹਾਂ, ਅਤੇ ਅਗਲੇ ਸਾਲ ਕੈਨੇਡਾ 'ਚ ਸ਼ੋਅ ਕਰਨੇ ਹਾਂ, ਅਤੇ ਟੋਰਾਂਟੋ ਦੇ ਵਿੱਚ ਸ਼ੋਅ ਹੋਣਾ, ਤੁਸੀਂ ਜ਼ਰੂਰ ਵੇਖਣਾ ਅਗਲੇ ਸਾਲ। ਸਰ ਸੈਡ ਸੌਂਗ ਕਦੋਂ ਕਰੂੰਗੇ? ਤੁਹਾਡੇ ਸੈਡ ਸੌਂਗਸ, ਵਾਹ ਦਿਲ ਅੱਗੇ। ਸੈਡ ਸੌਂਗ 4 ਤਰੀਕ ਨੂੰ ਆ ਰਿਹਾ, ਹੁਣ 4 ਸਤੰਬਰ ਨੂੰ ਆ ਰਿਹਾ, ਉਹ ਤੁਸੀਂ ਜ਼ਰੂਰ ਸੁਣਨਾ। ਕਲਾਸੀਕਲ ਸੌਂਗ ਵੀ ਕਰੋ ਕੋਈ, ਇਹ ਬਹੁਤ ਚਾਹੁਣ ਵਾਲਿਆਂ ਨੇ ਕਿਹਾ ਯਾਰ, ਤੁਸੀਂ ਦੇਖਿਆ ਕਲਾਸੀਕਲ ਸੌਂਗ, ਹਲੇ ਮੈਂ ਵਿੱਚੋਂ ਕੁਛ ਪੜ੍ਹੇ ਨਹੀਂ, ਨੁਸਰਤ ਸਾਹਿਬ ਦਾ ਵੀ ਜ਼ਿਕਰ ਆਇਆ, ਕਲਾਸੀਕਲ ਸੌਂਗ ਤੁਸੀਂ ਗਾਓ, ਹੋਰ ਗਾਓ, ਇਹ ਮੈਂ ਕਰੂੰਗਾ ਜ਼ਰੂਰ। ਧੁੰਦਲੇ ਦਰਪਣ ਬੁੱਕ ਸੰਗਤਾਰ ਭਾਅ ਜੀ ਦੀ ਕਿੱਥੋਂ ਮਿਲੂ, ਇਹ ਮੈਂ ਤੁਹਾਨੂੰ ਦੱਸ ਦਊਂਗਾ ਇੰਸਟਾਗ੍ਰਾਮ 'ਤੇ ਭਾਅ ਜੀ ਨੂੰ ਪੁੱਛ ਕੇ। ਭਾਅ ਜੀ ਲਵ ਯੂ, ਤੁਹਾਡੇ ਨਾਲ ਡਿਨਰ ਕਰਨਾ ਚਾਹੁੰਦੇ ਹਾਂ ਇਟਲੀ 'ਚ, ਕੀ ਪੋਸੀਬਲ ਹੈ? ਪਤਾ ਨਹੀਂ ਹੁਣ ਅਸੀਂ ਇਟਲੀ ਕਿੰਨਾ ਚਿਰ ਰਹਿਣਾ ਆ, ਉਹ ਤੋਂ ਬਾਅਦ ਅਸੀਂ ਸਪੇਨ ਜਾਣਾ ਆ, ਅਤੇ ਤੁਸੀਂ ਕਿੱਥੇ ਰਹਿੰਦੇ ਆ, ਅਤੇ ਆਪਾਂ ਹੋਰ ਮੌਕੇ ਬਹੁਤ ਜ਼ਿਆਦਾ ਮਿਲ ਜਾਣੇ ਆ, ਅਤੇ ਪਰ ਇਟਲੀ ਦਾ ਖਾਣਾ ਤਾਂ ਬਈ ਕਿਆ ਬਾਤਾਂ ਆ। ਭਾਅ ਜੀ ਸੈਡ ਸੌਂਗ ਤੁਹਾਡੇ ਬਹੁਤ ਸੋਹਣੇ ਲੱਗਦੇ ਆ, ਬਿਲਕੁਲ ਹੁਣ ਆ ਰਿਹਾ 4 ਤਰੀਕ ਨੂੰ। ਭਾਅ ਜੀ ਤੁਸੀਂ ਫਸਟ ਟਾਈਮ ਕੋਈ ਸੌਂਗ ਕਦੋਂ ਲਿਖਿਆ ਸੀ? ਸਾਡੇ ਪਾਪਾ ਜੀ ਸ਼ਾਇਰ ਸੀਗੇ, ਅਤੇ ਉਹ ਸਾਨੂੰ ਸ਼ਾਇਰੀ ਲਿਖਣ ਲਈ ਹਮੇਸ਼ਾ ਇੰਸਪਾਇਰ ਕਰਦੇ ਸੀਗੇ, ਇਸ ਕਰਕੇ ਮਨਮੋਹਨ ਭਾਅ ਜੀ ਵੀ ਲਿਖਦੇ, ਸੰਗਤਾਰ ਭਾਅ ਜੀ ਵੀ ਲਿਖਦੇ, ਮੈਂ ਵੀ ਲਿਖਦਾ ਹਾਂ। ਹੁਣ ਮੈਨੂੰ ਪੱਕਾ ਤਾਂ ਯਾਦ ਨਹੀਂ ਹੈ ਕਿ ਮੈਂ ਪਹਿਲਾਂ ਕਦੋਂ ਲਿਖਿਆ, ਪਰ ਫਿਰ ਜਦੋਂ ਮਨਮੋਹਨ ਭਾਅ ਜੀ ਦੀਆਂ ਟੇਪਾਂ ਆਈਆਂ ਤਾਂ ਉਹਨਾਂ ਵਿੱਚ ਮੇਰੇ ਫਿਰ ਕਾਫੀ ਗੀਤ ਆਏ, ਫਿਰ ਸਾਡੇ ਨਾਲ ਇੱਦਾਂ ਦੇ ਸ਼ਾਇਰ ਫਨਕਾਰ ਜੁੜ ਗਏ ਕਿ ਗੀਤ ਮੇਰੇ ਲਿਖੇ ਹੋ ਆ ਬਹੁਤ ਜ਼ਿਆਦਾ, ਪਰ ਫਿਰ ਮੈਂ ਗਾਏ ਘੱਟ ਆ, ਅਤੇ ਹੁਣ ਮੈਂ ਚਲੋ ਗਾਊਂਗਾ ਵੀ, ਪਰ ਮੇਰੇ ਕੋਲ ਬਹੁਤ ਮੇਰੀ ਸ਼ਾਇਰੀ ਲਿਖੀ ਪਈ ਆ। ਕਈ ਵਾਰੀ ਮੈਂ ਆਪਣੇ ਪੰਜਾਬੀ ਵਿਰਸੇ 'ਚ ਸ਼ੇਰ ਬੋਲਦਾ, ਮੈਂ ਉਹਦੇ 'ਚ ਆਪਣੇ ਨਾਮ ਨਹੀਂ ਬੋਲਦਾ, ਅਤੇ ਬਹੁਤ ਸ਼ਾਇਰ ਤੇਰੇ ਪਿੰਡੋਂ ਤੇਰੇ ਪੇਂਡੂ ਯਾਰ ਆਏ ਆ, ਕੁੜੀਆਂ ਨੂੰ ਟੌਪ ਦੇ ਸ਼ੌਕੀਨ ਚੰਗੇ ਲੱਗਦੇ, ਮੈਂ ਬਹੁਤ ਚੀਜ਼ਾਂ ਐਸੀਆਂ ਲਿਖੀਆਂ ਜਿਹੜੀਆਂ ਕਿ ਉਹਨਾਂ ਦੇ ਵਿੱਚ ਨਾਮ ਨਹੀਂ ਬੋਲੇ, ਪਰ ਮੈਂ ਉਹ ਲਿਖੀਆਂ। ਪਰ ਮੈਂ ਪਹਿਲੀ ਚੀਜ਼ ਕਦੋਂ ਲਿਖੀ ਉਹ ਮੈਨੂੰ ਹੁਣ ਚੇਤਾ ਨਹੀਂ, ਵੇ ਮੈਂ ਐਵੇਂ ਕਹਾਂ। ਸਤਿ ਸ਼੍ਰੀ ਅਕਾਲ ਭਾਅ ਜੀ, ਜਿਵੇਂ ਕਲਾਸੀਕਲ ਸੰਗੀਤ 'ਚ ਤੁਹਾਡਾ ਪੰਜਾਬ ਗੀਤ ਹੈ, ਉਸ ਤਰ੍ਹਾਂ ਦੇ ਸੰਗੀਤ 'ਚ ਕੋਈ ਹੋਰ ਗੀਤ ਸੁਣਨ ਨੂੰ ਮਿਲ ਸਕਦਾ? ਇਹ ਫਿਰ ਦੇਖੋ ਆ ਗਿਆ ਕਲਾਸੀਕਲ ਦਾ, ਇਹ ਮੈਂ ਜ਼ਰੂਰ ਗਾਊਂਗਾ। ਭਾਅ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਗਾਉਂਦਿਆਂ? ਮਾਈ ਫੇਵਰੇਟ ਸਿੰਗਰ ਕਮਲ ਹੀਰ,
ਜੇ ਤਾਂ ਮੇਰੀ ਮਸ਼ਹੂਰੀ ਦਾ ਸਫ਼ਰ ਦੇਖਣਾ ਤਾਂ ਮੈਂ ਜਦੋਂ ਕੈਂਠੇ ਵਾਲਾ ਆਇਆ ਉਦੋਂ ਮਸ਼ਹੂਰ ਹੋਇਆ, ਪਰ ਜੇ ਮੇਰੀ ਗਾਇਕੀ ਦਾ ਸਫ਼ਰ ਦੇਖਣਾ ਤਾਂ ਮਨਮੋਹਨ ਭਾਅ ਜੀ ਬਹੁਤ ਯੰਗ ਸੀਗੇ, ਪਹਿਲੀ ਕਿ 'ਚ ਪੜ੍ਹਦੇ ਸੀਗੇ ਜਿਸ ਵੇਲੇ ਸੰਗੀਤ ਇਹਨਾਂ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ ਸੀਗਾ। ਅਤੇ ਮੇਰਾ ਫਿਰ ਜਨਮ ਸੰਗੀਤ 'ਚ ਹੋਇਆ, ਜਦੋਂ ਮੈਂ ਹੋਸ਼ ਸੰਭਾਲੀ ਤਾਂ ਮੇਰੇ ਆਲੇ ਦੁਆਲੇ ਸਾਜ਼ ਪਏ ਸੀਗੇ, ਮੇਰੇ ਕੋਲ ਸਾਜ਼ ਸੀਗੇ, ਮੈਂ ਉਹਨਾਂ ਨੂੰ ਵਜਾ ਰਿਹਾ ਸੀਗਾ। ਅਤੇ ਮੈਨੂੰ ਪਤਾ ਨਹੀਂ ਫਿਰ ਮੈਂ ਕਦੋਂ ਪੂਰਾ ਸਿੱਖਣਾ ਕਦੋਂ ਸ਼ੁਰੂ ਕੀਤਾ, ਕਦੋਂ ਹਾਰਮੋਨੀਅਮ 'ਤੇ ਪਹਿਲੀ ਵਾਰੀ ਹੱਥ ਰੱਖਿਆ ਜਾਂ ਤਾਨਪੁਰਾ ਵਜਾਇਆ ਮੈਂ ਕਿੰਨੀ ਕਦੋਂ, ਇਹ ਮੈਂ ਹੁਣ ਕੁਛ ਨਹੀਂ ਦੱਸ ਸਕਦਾ ਇਹਦੇ ਬਾਰੇ। ਭਾਅ ਜੀ, ਵੇਅਰ ਆਰ ਯੂ ਗੋਇੰਗ ਟੂ ਟਰੈਵਲ ਨੈਕਸਟ? ਮਾਈ ਡੌਟਰਸ ਬਰਥਡੇ ਐਂਡ ਯੋਰ ਬਰਥਡੇ ਇਜ਼ ਔਨ ਦਾ ਸੇਮ ਡੇ 23rd। 23 ਜਨਵਰੀ ਨੂੰ ਮੇਰਾ ਜਨਮਦਿਨ ਹੁੰਦਾ, ਇਹਨਾਂ ਦੀ ਬੇਟੀ ਦਾ ਜਨਮਦਿਨ ਉਸ ਦਿਨ ਆ। ਅਤੇ ਹੁਣ ਟਰੈਵਲ ਮੈਂ ਕਰਨ ਜਾ ਰਿਹਾ ਯੂਰਪ ਦੇ ਵਿੱਚ, ਉਹ 'ਚ ਇਟਲੀ ਜਾਵਾਂਗੇ ਅਸੀਂ, ਸਪੇਨ ਜਾਵਾਂਗੇ, ਬੈਲਜੀਅਮ ਜਾਵਾਂਗੇ, ਆਇਰਲੈਂਡ ਜਾਵਾਂਗੇ, ਉੱਥੇ ਤੁਹਾਨੂੰ ਅਸੀਂ ਸਾਰਿਆਂ ਨੂੰ ਮਿਲਣਾ। ਡੇਟਸ ਦੇਖ ਲਿਓ ਤੁਸੀਂ ਕਿਹੜੀ ਕਿਹੜੀ ਡੇਟਸ ਨੂੰ ਸ਼ੋਅ ਹੋ ਰਹੇ ਆ। ਮੇਰੇ ਖਿਆਲ ਨਾਲ ਇੰਨੇ ਕੁ ਬਹੁਤ ਆ, ਹੁਣ ਕਾਫੀ ਲੰਬਾ ਹੋ ਗਿਆ ਹੁਣ। ਨੈਕਸਟ ਟਾਈਮ ਤੁਸੀਂ ਫਿਰ ਮੈਨੂੰ ਹੋਰ ਕੁਐਸਚਨ ਪੁੱਛਿਓ, ਕਿਉਂਕਿ ਕੁਐਸਚਨ ਤਾਂ ਬਹੁਤ ਸੀਗੇ, ਕੁਐਸਚਨ ਨਹੀਂ ਮਤਲਬ ਗੱਲਾਂ, ਮੈਸੇਜ ਕਮੈਂਟਸ ਤਾਂ ਬਹੁਤ ਸੀਗੇ, ਪਰ ਉਹਨਾਂ ਦੇ ਵਿੱਚੋਂ ਨਾ ਸਿਫਤਾਂ ਬਹੁਤ ਆ, ਉਹ ਬੰਦਾ ਆਪਣੀਆਂ ਸਿਫਤਾਂ ਕਰਦਾ ਯਾਰ ਚੰਗਾ ਵੀ ਨਹੀਂ ਲੱਗਦਾ। ਅਤੇ ਜਿਉਂਦੇ ਵਾਸਤੇ ਰਹੋ। ਉੱਦਾਂ ਕਿਸੇ ਨਾਲ ਇੰਟਰਵਿਊ ਕਰਨ ਨਾਲੋਂ ਜਦੋਂ ਮੇਰੇ ਫੈਨ ਪੁੱਛਦੇ ਆ, ਮੇਰੇ ਹੀਰੋਜ਼ ਮੈਨੂੰ ਕੁਐਸਚਨਸ ਪੁੱਛਦੇ ਆ, ਪ੍ਰਸ਼ਨ ਪੁੱਛਦੇ, ਤਾਂ ਮੈਨੂੰ ਜ਼ਿਆਦਾ ਚੰਗਾ ਲੱਗਦਾ, ਕਿਉਂਕਿ ਤੁਸੀਂ ਮੈਨੂੰ ਜਾਣਦੇ ਆ ਯਾਰ, ਮੈਂ ਤੁਹਾਨੂੰ ਜਾਣਦਾ, ਤੁਸੀਂ ਮੈਨੂੰ ਜਾਣਦੇ ਆ, ਤੁਸੀਂ ਮੇਰੇ ਗਾਣੇ ਸੁਣਦੇ ਆ, ਮਨਮੋਹਨ ਭਾਅ ਜੀ ਦੇ ਗਾਣੇ ਸੁਣਦੇ ਆ, ਸੰਗਤਾਰ ਭਾਅ ਜੀ ਦਾ ਪੋਡਕਾਸਟ, ਉਹਨਾਂ ਦੇ ਗਾਣੇ ਸੰਗੀਤ ਸੁਣਦੇ ਹਾਂ, ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ, ਤੁਸੀਂ ਤਾਂ ਕੁਐਸਚਨ ਪੁੱਛਦੇ ਚੰਗੇ ਲੱਗਦੇ ਆ, ਚੰਗੇ ਨਹੀਂ ਲੱਗਦੇ ਮਤਲਬ ਕਹਿ ਸਕਦੇ, ਚਾਅ ਚੜ੍ਹਦਾ ਆ ਤੁਹਾਡੇ ਕੁਐਸਚਨਾਂ ਦੇ ਆਨਸਰ ਦੇਣ ਨੂੰ, ਪਰ ਜਦੋਂ ਕੋਈ ਰੈਂਡਮ ਬੰਦਾ ਕੁਐਸਚਨ ਪੁੱਛਦਾ, ਤੁਹਾਨੂੰ ਜਾਣਦਾ ਵੀ ਨਹੀਂ ਉਹ ਹੋਣਾ ਭਾਅ ਜੀ ਗਾਣੇ ਕਿਹੜੇ ਕਿਹੜੇ ਤੁਹਾਡੇ ਫੇਮਸ ਹੋਏ ਆ, ਅਤੇ ਉਹ ਇੰਟਰਵਿਊ ਦਾ ਕੋਈ ਨਜ਼ਾਰਾ ਨਹੀਂ ਆਉਂਦਾ। ਅਤੇ ਮੈਂ ਇਹ ਰੈਗੂਲਰ ਬੇਸਿਸ 'ਤੇ ਇਹ ਚੀਜ਼ ਕਰਨੀ ਚਾਹੁੰਦਾ ਹਾਂ, ਜਿਉਂਦੇ ਵਸਦੇ ਰਹੋ, ਪੰਜਾਬੀ ਜ਼ੁਬਾਨ ਤੁਹਾਡੇ ਦਿਲਾਂ 'ਚ ਵਸੇ।